ਅਸਲਾਮੁਅਲੈਕਮ ਜੀ, ਵੈਲਕਮ ਤੁਹਾਡਾ ਲਾਈਫ ਆਫ ਇਹਨਾਂ ਦੇ ਚੈਨਲ 'ਤੇ। ਜੀ ਆਇਆਂ ਨੂੰ ਸਤਿ ਬਿਸਮਿਲ੍ਲਾ, ਅੱਲਾਹ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ ਅਤੇ ਅਸੀਂ ਛੋਟੀ ਜਿਹੀ ਪਿਆਰੀ ਜੀ ਦੁਆ ਦੇ ਨਾਲ ਵੀਡੀਓ ਦਾ ਕਰਨੀ ਆਗਾਜ਼। ਔਰ ਜੀ ਅੱਜ ਹੈ ਜੁਮਾ ਕਾ ਦਿਨ, ਬਹੁਤ ਮੁਬਾਰਕ ਦਿਨ, ਈਦ ਕਾ ਦਿਨ ਜੈਸਾ ਇਸਕਾ ਸਮਾਂ ਹੋਤਾ ਹੈ, ਇਸ ਦਿਨ ਕਾ ਸਮਾਂ ਹੋਤਾ ਹੈ। ਔਰ ਸਭ ਤੋਂ ਪਹਿਲੇ ਜੀ ਮੇਰੀ ਤਰਫ ਸੇ ਔਰ ਮੇਰੀ ਫੈਮਿਲੀ ਕੀ ਤਰਫ ਸੇ ਮੇਰੀ ਯੂਟਿਊਬ ਫੈਮਿਲੀ ਕੋ ਬਹੁਤ ਬਹੁਤ ਜੁਮਾ ਮੁਬਾਰਕ। ਔਰ ਸਾਥ ਮੇ ਹੀ ਅੱਜ ਮੈਨੇ ਬਣਾਇਆ ਹੈ ਮਿੱਠਾ ਮਿੱਠਾ। ਕਿਸ ਖੁਸ਼ੀ ਮੇ ਬਣਾਇਆ ਹੈ? ਕਿਉਂਕਿ ਮੇਰੀ ਦੋਸਤ ਕੀ ਹੈ ਅੱਜ ਬਰਥਡੇ, ਮੇਰੀ ਯੂਟਿਊਬ ਫੈਮਿਲੀ ਮੇ ਕਾ ਹਿੱਸਾ ਹੈ, ਮੇਰੀ ਸਬਸਕ੍ਰਾਈਬਰ ਵੀ ਹੈ, ਮੇਰੀ ਬਹੁਤ ਅੱਛੀ ਦੋਸਤ ਵੀ ਹੈ, ਬਹਿਨ ਵੀ ਹੈ। ਈਟੀ ਵਲੌਗ ਸਿਸਟਰ ਕੀ ਅੱਜ ਹੈ ਬਰਥਡੇ, ਤੋ ਉਸੀ ਖੁਸ਼ੀ ਮੇ ਮੈਨੇ ਬਣਾਈ ਹੈ ਅੱਜ ਗਾਜਰ ਕੀ ਖੀਰ। ਔਰ ਹੈਪੀ ਬਰਥਡੇ ਜ਼ਕੀਆ, ਅੱਲਾ ਆਪਕੋ ਖੁਸ਼ ਰੱਖੇ, ਆਬਾਦ ਰੱਖੇ ਔਰ ਆਪਕੇ ਬੱਚੋ ਕੇ ਸਰ ਪੇ ਆਪਕਾ ਸਾਇਆ ਹਮੇਸ਼ਾ ਕਾਇਮ ਓ ਦਾਇਮ ਰੱਖੇ ਔਰ ਆਪਕੇ ਰਿਜ਼ਕ ਮੇ ਮਾਲ ਮੇ ਜਾਨ ਮੇ ਅੱਲਾ ਤਾਲਾ ਬਰਕਤੇ ਅਤਾ ਫਰਮਾਏ, ਆਮੀਨ ਸੁਮ ਆਮੀਨ। ਔਰ ਇੰਤਹਾ ਕੀ ਖੁਸ਼ੀ ਹੈ ਜੀ, ਅੱਜ ਕਾ ਦਿਨ ਆਪਕੇ ਲੀਏ ਬਹੁਤ ਅੱਛਾ ਸਾਬਤ ਹੋ ਔਰ ਆਪਕੇ ਬੱਚੋ ਕੇ ਲੀਏ ਵੀ ਬਹੁਤ ਅੱਛਾ ਸਾਬਤ ਹੋ। ਔਰ ਮਾਮਾ ਕੀ ਬਰਥਡੇ ਹੈ ਤੋ ਮਰੀਮ ਔਰ ਜੁਗਨੂ ਤੋ ਬਹੁਤ ਇੰਜੋਏ ਕਰ ਰਹੇ ਹੋਂਗੇ, ਕੇਕ ਕੱਟ ਕਰੇਂਗੇ ਔਰ ਸਾਥ ਮੇ ਖਾਣਾ ਵਾਣਾ ਵੀ ਖਾਏਂਗੇ। ਤੋ ਮੈਨੇ ਇਸੀ ਖੁਸ਼ੀ ਮੇ ਬਣਾਈ ਹੈ ਜੀ ਗਾਜਰ ਕੀ ਖੀਰ। ਔਰ ਮੈਂ ਵੀ ਆਪਣੇ ਬੱਚੋਂ ਕੇ ਸਾਥ ਆਪਣੀ ਦੋਸਤ ਕੀ ਬਰਥਡੇ ਇੰਜੋਏ ਕਰੂੰਗੀ। ਤੋ ਇਹ ਥੀ ਜੀ ਅੱਜ ਕੀ ਛੋਟੀ ਸੀ ਵੀਡੀਓ। ਅਗਰ ਆਪ ਲੋਕੋ ਪਸੰਦ ਆਏ ਤੋ ਲਾਈਕ ਸ਼ੇਅਰ ਸਬਸਕ੍ਰਾਈਬ ਕੀਜੀਏਗਾ। ਦੁਆ ਮੇ ਯਾਦ ਰੱਖੀਏਗਾ, ਆਪਣਾ ਖਿਆਲ ਰੱਖੀਏਗਾ। ਅੱਲਾ ਹਾਫਿਜ਼। ਇੰਸਟਾਗ੍ਰਾਮ ਪੇ ਹਮਾਰਾ ਪੇਜ ਹੈ ਲਾਈਫ ਆਫ ਇਹਨਾਂ ਕੇ ਨਾਮ ਪੇ, ਪਲੀਜ਼ ਵਹਾਂ ਪੇ ਵੀ ਜਾ ਕੇ ਜਲਦੀ ਸੇ ਫੋਲੋ ਕਰ ਲੇ।